ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਸਹਿਤ ਸਤਿ ਸ੍ਰੀ ਅਕਾਲ ਜੀ। ਲੈ ਕੇ ਹਾਜ਼ਰ ਹੈ ਖਾਸ ਸ਼ੋਅ ਜਿਹਦਾ ਨਾਂ ਹੈ ਜੀ ਬਾਏ ਗੋਲ ਨਾਓ ਆਸਕ ਕਰਨ ਹਾਓ। ਜਦ ਇਸ ਸ਼ੋਅ ਦੀ ਗੱਲ ਹੁੰਦੀ ਹੈ ਤਾਂ ਕੁਨਾਲ ਜਵੈਲਰਸ ਜੈਕਸਨ ਹਾਈਟਸ ਵਿਖੇ ਜਿਹੜਾ ਸ਼ੋਅਰੂਮ ਹੈਗਾ ਉਹਦੇ ਵਿੱਚ ਖਾਸ ਕਸਟਮਾਈਜ਼ਡ ਨੈਕਲੇਸਿਸ ਜਿਹੜੀ ਜਵੈਲਰੀ ਹਨ, ਭਾਵੇਂ ਉਹ ਤੁਹਾਡੇ ਵੈਡਿੰਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵਰਤਣੀਆਂ ਹਨ ਜਾਂ ਫਿਰ ਤੁਸੀਂ ਕਿਸੇ ਨੂੰ ਗਿਫਟ ਕਰਨੀਆਂ ਹਨ, ਉਹਦੀਆਂ ਸਾਰੀਆਂ ਤੁਹਾਨੂੰ ਖਬਰਾਂ ਅਤੇ ਸਾਰੀਆਂ ਸਰਗਰਮੀਆਂ, ਗੋਲਡ ਕਿਵੇਂ ਬਾਏ ਕਰਨਾ ਚਾਹੀਦਾ ਹੈ, ਗੋਲਡ ਦਾ ਰੇਟ ਕੀ ਹੈ, ਔਰ ਜੇਕਰ ਤੁਸੀਂ ਅੱਜ ਗੋਲਡ ਬਾਏ ਕਰਕੇ ਰੱਖ ਲੈਂਦੇ ਹੋ ਤਾਂ ਇਨ ਫਿਊਚਰ ਤੁਹਾਨੂੰ ਕਿਵੇਂ ਤੁਹਾਡਾ ਜਿਹੜਾ ਪ੍ਰੋਫਿਟ ਹੈ ਉਹ ਵੀ ਹੋ ਸਕਦਾ। ਸਾਰੀ ਗੱਲਾਂ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਮੈਂ ਮੰਚ ਦੇ ਉੱਤੇ ਸਵਾਗਤ ਕਰਦਾ ਵਾਇਆ ਫੋਨ, ਅੱਜ ਸਾਡੇ ਨਾਲ ਫੋਨ ਰਾਹੀਂ ਉਹ ਸਾਡੇ ਨਾਲ ਮੌਜੂਦ ਨੇ, ਕਰਨ ਵਰਮਾ, ਉਹਨਾਂ ਦਾ ਇਸ ਮੰਚ ਦੇ ਉੱਤੇ ਸਵਾਗਤ ਕਰਦਾ। ਕਰਨ, ਹਾਊ ਆਰ ਯੂ, ਹਾਊ ਇਜ਼ ਐਵਰੀਥਿੰਗ? ਗੁੱਡ ਹਰਕਿਰਤ, ਕੀ ਹਾਲ ਹੈ? ਸਤਿ ਸ਼੍ਰੀ ਅਕਾਲ ਜਸ ਪੰਜਾਬੀ ਦੇ ਵਿਊਅਰਸ ਨੂੰ। ਸਤਿ ਸ਼੍ਰੀ ਅਕਾਲ ਭਾਜੀ, ਹੋਪ ਯੋਰ ਨਿਊ ਈਅਰ ਇਜ਼ ਗੋਇੰਗ ਗੁੱਡ ਸੋ ਫਾਰ, ਐਂਡ ਆਈ ਕੈਨ ਸੀ ਦ ਬਿਊਟੀਫੁਲ ਕਸਟਮਾਈਜ਼ਡ ਜਵੈਲਰੀ ਔਨ ਟੀਵੀ ਸਕਰੀਨ ਐਜ਼ ਵੈਲ। ਤੇ ਕਿਵੇਂ ਚੱਲ ਰਿਹਾ ਸਭ ਕੁਝ? ਬਹੁਤ ਅੱਛਾ ਚੱਲ ਰਿਹਾ ਹਰਕਿਰਤ, ਥੈਂਕ ਯੂ ਫਾਰ ਆਸਕਿੰਗ। ਤੁਹਾਡੇ ਵਿਊਅਰਸ ਐਂਡ ਤੁਹਾਡੇ ਚੈਨਲ, ਯੂ ਨੋ, ਬਹੁਤ ਅੱਛੀ ਸਪੋਰਟ ਹੈ ਸਾਨੂੰ, ਤੁਸੀਂ ਬੈਸਟ ਆਪਣੇ ਦਰਸ਼ਕਾਂ ਨੂੰ ਵੀ ਬਣਾ ਦਿੰਦੇ ਹੋ ਜਦ ਤੁਸੀਂ ਉਹਨਾਂ ਨੂੰ ਇਹ ਬੇਸ਼ੁਮਾਰ ਗਹਿਣੇ ਜਿਹੜੇ ਹਨ ਉਹਨਾਂ ਨੂੰ ਤੁਸੀਂ ਜਦ ਦਿੰਦੇ ਹੋ। ਕੀ ਕੁਝ ਰੇਟ ਚੱਲ ਰਿਹਾ ਕਰਨ ਭਾਜੀ? ਅੱਜ ਕੱਲ ਆਲਮੋਸਟ $1930 ਚੱਲ ਰਿਹਾ ਗੋਲਡ ਦਾ ਪ੍ਰਾਈਸ, ਤੇ ਅੱਛਾ ਟਾਈਮ ਹੈ ਹਲੇ ਵੀ ਬਾਏ ਕਰਨ ਦਾ, ਐਂਡ ਗੋਲਡ ਬਾਰਸ ਹੋ ਗਈਆਂ, ਨਹੀਂ ਤੇ ਤੁਸੀਂ ਜੁਐਲਰੀ ਬਾਏ ਕਰਕੇ ਰੱਖਣੀ ਹੈ ਅੱਗੇ ਸਮੇਂ ਵਾਸਤੇ, ਬਹੁਤ ਅੱਛੀ ਹੈ, ਹਨਾ, ਟਾਈਮ ਬਹੁਤ ਅੱਛਾ ਹੈ ਬਾਏ ਕਰਨ ਵਾਸਤੇ। ਬਿਲਕੁਲ, ਟੀਵੀ ਸਕਰੀਨ ਤੇ ਦੋ ਨੰਬਰ ਚੱਲ ਰਹੇ ਨੇ ਜਿਹੜੇ ਦਰਸ਼ਕ ਇਸ ਟਾਈਮ ਪ੍ਰੋਗਰਾਮ ਵੇਖ ਰਹੇ ਨੇ, 4787200 ਇਹ ਇਹਨਾਂ ਦੇ ਸਟੋਰ ਦਾ ਨੰਬਰ ਹੈ। ਜੇਕਰ ਤੁਸੀਂ ਵਟਸਐਪ ਰਾਹੀਂ ਇਹਨਾਂ ਨੂੰ ਕਾਲ ਕਰਨਾ ਚਾਹੁੰਦੇ ਹੋ ਔਰ ਕੋਈ ਵੀ ਚੀਜ਼ ਤੁਸੀਂ ਭੇਜ ਕੇ ਚਾਹੁੰਦੇ ਹੋ ਕਿ ਅਸੀਂ ਇਸ ਤਰੀਕੇ ਦਾ ਬਣਵਾਉਣਾ ਚਾਹੁੰਦੇ ਹੋ, ਉਹਦਾ ਰੇਟ ਪਤਾ ਕਰਨਾ ਚਾਹੁੰਦੇ ਹੋ, ਤਾਂ ਵਟਸਐਪ ਰਾਹੀਂ ਵੀ ਇਹਨਾਂ ਨੂੰ ਤੁਸੀਂ ਆਪਣਾ ਸੁਨੇਹਾ ਭੇਜ ਸਕਦੇ ਹੋ। 5163010771 'ਤੇ ਕਾਲ ਕਰ ਸਕਦੇ ਹੋ। ਕਰਨ ਜੀ, ਕੁਛ ਕਹਿ ਰਹੇ ਸੀਗੇ ਤੁਸੀਂ? ਹਾਂਜੀ, ਮੈਂ ਕਹਿ ਰਿਹਾ ਸੀ ਕਿ ਤੁਸੀਂ ਪੁਰਾਣਾ ਵੀ ਲਿੱਤਾ ਹੈ ਅਤੇ ਉਹ ਵੀ ਵੇਚਣ ਵਾਸਤੇ ਬਹੁਤ ਅੱਛਾ ਟਾਈਮ ਹੈ, ਮਤਲਬ ਇਨਵੈਸਟਮੈਂਟ ਜਿਨ੍ਹਾਂ ਨੇ ਕੀਤੀਆਂ ਸੀ ਅਤੇ ਅੱਜ ਹਾਈ ਪ੍ਰਾਈਸ 'ਤੇ ਵੇਚ ਸਕਦੇ ਨੇ ਔਰ ਐਕਸਚੇਂਜ ਵੀ ਕਰਾ ਸਕਦੇ ਨੇ। ਬਿਲਕੁਲ, ਚੀਜ਼ ਪੁਰਾਣੇ ਡਿਜ਼ਾਈਨ ਹੁਣ ਨਵੇਂ ਡਿਜ਼ਾਈਨ ਆਉਂਦੇ ਪਏ ਨੇ। ਠੀਕ ਹੈ, ਸੋ ਜੇਕਰ ਕਿਸੇ ਦੇ ਘਰ 'ਚ ਕੋਈ ਪੁਰਾਣਾ ਗੋਲਡ ਪਿਆ ਹੋਇਆ, ਐਂਡ ਦੇ ਵਾਂਟ ਟੂ ਕਮ ਟੂ ਯੂਅਰ ਸਟੋਰ ਐਂਡ ਦੇ ਕੈਨ ਗਿਵ ਯੂ ਦੈਟ, ਯੂ ਨੋ, ਦੋਜ਼ ਡਿਜ਼ਾਈਨਸ, ਐਂਡ ਦੇ ਕੈਨ ਗ੍ਰੈਬ ਅ ਨਿਊ ਡਿਜ਼ਾਈਨ ਫਰੋਮ ਯੂਅਰ ਸਟੋਰ, ਉਹਦੇ ਲਈ ਵੀ ਤੁਸੀਂ ਕਰਨ ਭਾਜੀ ਹੋਰ ਨਾਲ ਰਾਬਤਾ ਕਰ ਸਕਦੇ ਹੋ। ਅਤੇ ਭਾਜੀ, ਜਿਹੜਾ ਤੁਸੀਂ ਦੱਸਿਆ ਰੇਟ 1930 ਦਾ ਰੇਟ ਚੱਲ ਰਿਹਾ ਹੈਗਾ, ਅਤੇ ਉਹ ਰੇਟ ਹੈਗਾ ਗੋਲਡ ਬਿਸਕਿਟ ਬਾਏ ਕਰਨ ਦਾ, ਜਿਹੜਾ ਇਨਵੈਸਟਮੈਂਟ ਦੇ ਤੌਰ 'ਤੇ ਘਰ 'ਚ ਬਾਏ ਕਰਕੇ ਰੱਖ ਲੈਂਦੇ ਹਾਂ ਆਪਾਂ। ਹਾਂਜੀ ਹਾਂਜੀ, ਅੱਜ ਦੇ ਪ੍ਰਾਈਜ਼ ਹੈਗਾ ਅਤੇ ਤੁਸੀਂ ਬਾਏ ਕਰ ਸਕਦੇ ਹੋ। ਠੀਕ ਹੈ, ਅਤੇ ਵੈਲੰਟਾਈਨ ਵੀ ਆਉਣ ਵਾਲਾ ਹੈ ਕਰਨ ਭਾਜੀ, ਅਤੇ ਆਈ ਨੋ 14 ਫਰਵਰੀ ਜਿਹੜੀ ਹੈਗੀ ਆ ਉਹ ਕਈ ਸਾਰੇ ਜਿਹੜੇ ਦਰਸ਼ਕ ਇਸ ਟਾਈਮ ਪ੍ਰੋਗਰਾਮ ਨੂੰ ਵੇਖ ਰਹੇ ਉਹਨਾਂ ਲਈ ਖਾਸ ਹੋ ਸਕਦੀ ਹੈ, ਕਿਉਂਕਿ ਪਿਛਲੇ ਸਾਲ ਤਾਂ ਉਹ ਜਿਵੇਂ ਹੀ ਬਣਾ ਕੇ ਹਟੇ ਤਾਂ ਕਰੋੜਾਂ ਨੇ ਪੂਰਾ ਸਾਲ ਜਿਹੜਾ ਹੈਗਾ ਉਹ ਵੈਲੰਟਾਈਨ ਦਾ ਮਾਹੌਲ ਖਤਮ ਕਰਤਾ, ਪਰ ਆਈ ਥਿੰਕ ਹੁਣ ਵੈਕਸੀਨੇਸ਼ਨਸ ਲੱਗਣੀ ਸ਼ੁਰੂ ਹੋ ਗਈਆਂ ਹਨ, ਮੇ ਬੀ ਦਿਸ ਮੰਥ ਔਰ ਦਿਸ ਈਅਰ ਗੋਨਾ ਬੀ ਗੁੱਡ ਫੋਰ ਐਵਰੀ ਵਨ, ਐਂਡ ਇਫ ਦੇ ਆਰ ਟੇਕਿੰਗ ਪ੍ਰੀਕੋਸ਼ਨਸ ਫੋਰ ਸ਼ੋਰ। ਬਟ ਯੈਸ, ਵੈਲੰਟਾਈਨ ਦੇ ਉੱਤੇ ਕੀ ਕੁਛ ਖਾਸ ਹੈ ਕਰਨ ਭਾਜੀ? ਵੈਲੰਟਾਈਨ ਡੇ ਤੇ ਸਪੈਸ਼ਲ ਆਲਵੇਜ਼ ਹੈਗਾ, ਵਾਈਫ, ਗਰਲਫ੍ਰੈਂਡ, ਫਿਓਂਸੇ, ਯੂ ਨੋ, ਯੂ ਨੇਮ ਇਟ, ਯੂ ਨੋ, ਗਿਫਟ ਤੇ ਆਲਵੇਜ਼ ਤੁਹਾਨੂੰ ਦੇਣਾ ਹੀ ਹੁੰਦਾ ਫੈਬਰੂਅਰੀ 14, ਯੂ ਨੋ। ਤੁਸੀਂ ਗਰਲਫ੍ਰੈਂਡ ਕਿਹਾ, ਤੁਸੀਂ ਗਰਲਫ੍ਰੈਂਡ ਕਿਹਾ, ਫਿਓਂਸੇ ਕਿਹਾ, ਵਾਈਫ ਨਹੀਂ ਕਿਹਾ? ਮੈਂ ਵਾਈਫ ਵੀ ਕਿਹਾ। ਅੱਛਾ, ਠੀਕ ਹੈ, ਓਕੇ, ਦੈਟਸ ਇਜ਼ ਗੁੱਡ। ਵਾਈਫ ਵੀ ਕਿਹਾ ਸਰ? ਓਕੇ, ਠੀਕ ਹੈ, ਠੀਕ, ਵਾਈਫ ਤੇ ਪਹਿਲੇ ਹੈ। ਅੱਛਾ, ਵਾਈਫ ਇਜ਼ ਆਲਵੇਜ਼ ਫਰਸਟ। ਹਾਂ, ਕਿਉਂਕਿ ਘਰ ਜਾਣਾ, ਤੁਸੀਂ ਵੀ ਧਿਆਨ ਰੱਖਣਾ। ਆਪਣੀ ਗਰਲਫ੍ਰੈਂਡ ਨੂੰ ਗਿਫਟ ਕਰਨੀ ਹੈ, ਕਿਸੇ ਨੇ ਆਪਣੇ ਫਿਆਂਸੇ ਨੂੰ ਗਿਫਟ ਕਰਨੀ ਹੈ, ਜਾਂ ਫਿਰ ਆਪਣੀ ਵਾਈਫ ਨੂੰ ਗਿਫਟ ਕਰਨੀ ਹੈ, ਆਪਣੀ ਮਦਰ ਨੂੰ ਗਿਫਟ ਕਰਨੀ ਹੈ। ਵੈਲੰਟਾਈਨ ਇਜ਼ ਨੋਟ ਓਨਲੀ ਫੋਰ ਦੈਮ, ਵੈਲੰਟਾਈਨ ਇਜ਼ ਫੋਰ ਐਵਰੀ ਵਨ। ਯੂ ਕੈਨ ਗਿਫਟ ਯੂਅਰ ਡਾਟਰ, ਯੂ ਕੈਨ ਗਿਫਟ ਯੂਅਰ, ਯੂ ਨੋ, ਯੂਅਰ ਮਦਰ, ਯੂ ਕੈਨ ਗਿਫਟ ਯੂਅਰ ਚਾਚੀ ਜੀ, ਯੂਅਰ ਭੂਆ ਜੀ, ਯੂਅਰ ਤਾਈ ਜੀ, ਕਿਸੇ ਨੂੰ ਵੀ ਤੁਸੀਂ ਗਿਫਟ ਕਰਨਾ ਚਾਹੁੰਦੇ ਹੋ, ਜਾਂ ਫਿਰ ਤੁਹਾਡੀ ਕੋਈ ਫਰੈਂਡ ਹੈਗੀ ਹੈ ਉਹਨੂੰ ਤੁਸੀਂ ਵੈਡਿੰਗ ਗਿਫਟ ਦੇਣਾ ਚਾਹੁੰਦੇ ਹੋ,
ਤਾਂ ਉਹ ਵੀ ਤੁਸੀਂ ਦੇ ਸਕਦੇ ਹੋ। ਜੇ ਤਾਂ ਤੁਸੀਂ ਆਪਣੀ ਡਾਟਰ ਦੇ ਨਵੇਂ ਗਹਿਣੇ ਬਣਾਉਣਾ ਚਾਹੁੰਦੇ ਹੋ, ਵਿਆਹ ਘਰ ਦੇ ਵਿੱਚ ਆ ਰਿਹਾ, ਜਾਂ ਫਿਰ ਤੁਸੀਂ ਕਸਟਮਾਈਜ਼ਡ ਨੈਕਲੇਸਿਸ, ਕਸਟਮਾਈਜ਼ਡ ਏਅਰਰਿੰਗਸ, ਕਸਟਮਾਈਜ਼ਡ ਤੁਸੀਂ ਚੇਨ, ਕਸਟਮਾਈਜ਼ਡ ਬ੍ਰੈਸਲੇਟਸ, ਕਸਟਮਾਈਜ਼ਡ ਬੈਂਗਲਸ, ਕੁਛ ਵੀ ਲੈਣਾ ਚਾਹੁੰਦੇ ਹੋ, ਇਹ ਦੋ ਨੰਬਰ ਟੀ ਵੀ ਸਕਰੀਨ ਦੇ ਉੱਤੇ ਚੱਲ ਰਹੇ ਨੇ, 7184787200 ਇਹਨਾਂ ਦੇ ਸਟੋਰ ਦਾ ਨੰਬਰ ਹੈ। ਤੁਸੀਂ ਸਟੋਰ 'ਤੇ ਕਾਲ ਕਰਕੇ ਕੁਆਇਰੀ ਲੈ ਸਕਦੇ ਹੋ, ਜਾਂ ਫਿਰ ਤੁਸੀਂ ਵਟਸਐਪ 'ਤੇ ਡਾਇਰੈਕਟ ਕਾਲ ਕਰ ਸਕਦੇ ਹੋ ਕਰਨ ਵਰਮਾ ਹੋਰਾਂ ਨੂੰ 5163010771 'ਤੇ, ਇਹਨਾਂ ਦਾ ਵਟਸਐਪ ਨੰਬਰ ਹੈ। ਇੱਥੇ ਵਟਸਐਪ ਨੰਬਰ 'ਤੇ ਤੁਸੀਂ ਕਾਲ ਕਰਕੇ ਉਹਨਾਂ ਨੂੰ ਡਾਇਰੈਕਟ ਪੁੱਛ ਸਕਦੇ ਹੋ ਕੋਈ ਵੀ ਤੁਹਾਡਾ ਸਵਾਲ ਹੈਗਾ। ਤੁਸੀਂ ਪੈਨਸਲਵੀਨੀਆ, ਨਿਊ ਜਰਸੀ, ਬਾਲਟੀਮੋਰ, ਮੈਰੀਲੈਂਡ, ਕਨੈਕਟੀਕਟ, ਨਿਊਯਾਰਕ, ਜਾਂ ਫਿਰ ਵਾਸ਼ਿੰਗਟਨ DC, ਵਰਜੀਨੀਆ, ਈਸਟ ਕੋਸਟ, ਕਿੱਥੇ ਵੀ ਰਹਿੰਦੇ ਹੋ, ਤੁਸੀਂ ਫਿਜ਼ੀਕਲੀ ਇਹਨਾਂ ਦੇ ਸਟੋਰ ਆ ਸਕਦੇ ਹੋ, ਦਿਨ ਦਾ ਗੇੜਾ ਮਾਰ ਕੇ ਜਾ ਸਕਦੇ ਹੋ ਨਿਊਯਾਰਕ, ਜਾਂ ਫਿਰ ਤੁਸੀਂ ਮਿਡ ਵੈਸਟ ਵਿੱਚ ਕਿੱਥੇ ਰਹਿੰਦੇ ਹੋ, ਮਿਸ਼ੀਗਨ, ਓਹਾਇਓ, ਤਾਂ ਇੰਡੀਅਨ ਐਪਲਿਸ, ਤਾਂ ਤੁਸੀਂ ਕਾਲ ਕਰਕੇ ਇਹਨਾਂ ਤੋਂ ਡਿਜ਼ਾਈਨਸ ਲੈ ਸਕਦੇ ਹੋ। ਇਹ ਤੁਹਾਨੂੰ ਸ਼ਿਪਿੰਗ ਵੀ ਕਰਨਗੇ ਤੁਹਾਡੇ ਘਰ ਦੇ ਵਿੱਚ, ਜਾਂ ਫਿਰ ਤੁਸੀਂ ਵੈਸਟ ਕੋਸਟ ਰਹਿੰਦੇ ਹੋ, ਟੈਕਸਸ ਰਹਿੰਦੇ ਹੋ, ਕੈਲੀਫੋਰਨੀਆ ਰਹਿੰਦੇ ਹੋ, ਅਟਲਾਂਟਾ, ਜੋਰਜੀਆ ਰਹਿੰਦੇ ਹੋ, ਤਾਂ ਤੁਹਾਨੂੰ ਇਹ ਬਕਾਇਦਾ ਤੁਹਾਡੇ ਘਰ ਦੇ ਵਿੱਚ ਸ਼ਿਪ ਕਰਨਗੇ। ਔਰ ਤੁਹਾਡੀ ਸੇਫਟੀ ਦਾ ਧਿਆਨ, ਤੁਹਾਡੇ ਹਰ ਕਸਟਮਾਈਜ਼ ਜੁਐਲਰੀ ਦਾ ਧਿਆਨ ਇਹਨਾਂ ਵੱਲੋਂ ਰੱਖਿਆ ਜਾਏਗਾ। ਕਰਨ ਪਾਲ ਜੀ, ਹੋਰ ਕੀ ਕੀ ਸੇਵਾਵਾਂ ਹਨ? ਹਰਕੀਰਤ ਜੀ, ਅਸੀਂ ਫ੍ਰੀ ਸ਼ਿਪਿੰਗ ਕਰਾਂਗੇ ਜਦੋਂ ਵੀ ਕੋਈ ਕਸਟਮਰ ਕਾਲ ਕਰਦਾ ਨਾ। ਹਾਂਜੀ, ਫੋਰ ਜਸਟ ਪੰਜਾਬੀ ਵਿਊਅਰਸ, ਵੀ ਵਿਲ ਸ਼ਿਪ ਫੋਰ ਫ੍ਰੀ। ਸੋ ਲਓ ਜੀ, ਵੱਡਾ ਐਲਾਨ ਇਹਨਾਂ ਨੇ ਕਰਤਾ, ਜਿਹੜਾ ਵੀ ਇਹਨਾਂ ਨੂੰ ਹੁਣੇ ਕਾਲ ਕਰੇਗਾ ਉਹਦੇ ਲਈ ਫ੍ਰੀ ਸ਼ਿਪਿੰਗ, ਉਹਦੇ ਨੂੰ ਕੋਈ ਵੀ ਚਾਰਜ ਸ਼ਿਪਿੰਗ ਦਾ ਨਹੀਂ ਦੇਣਾ ਪਏਗਾ। 1930 ਦਾ ਰੇਟ ਹੈ, ਉਸ ਰੇਟ ਦੇ ਹਿਸਾਬ ਨਾਲ ਤੁਹਾਨੂੰ ਇਹ ਜੁਐਲਰੀ ਮਿਲ ਸਕਦੀ ਹੈ। ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਉਹ ਤੁਹਾਨੂੰ ਰੇਟ ਜਿਹੜਾ ਬਕਾਇਦਾ ਦਿੱਤਾ ਜਾਏਗਾ। ਹਾਂ, ਜੇ ਤੁਸੀਂ ਹੁਣੇ ਕਾਲ ਕਰਕੇ ਕਹਿੰਦੇ ਕਿ ਅਸੀਂ ਜਸ ਪੰਜਾਬੀ 'ਤੇ ਸ਼ੋਅ ਵੇਖਿਆ, ਤਾਂ ਤੁਹਾਨੂੰ ਇੱਕ ਸਪੈਸ਼ਲ ਡਿਸਕਾਊਂਟ ਵੀ ਜਿਹੜਾ ਉਹ ਵੀ ਲਿਹਾਜ਼ਾ ਦਿੱਤਾ ਜਾਏਗਾ। ਇਹ ਜਿਹੜੀ ਔਫਰ ਹੈ, ਕਰਨ ਭਾਅ ਜੀ ਨੇ ਕਹੀ ਹੈ ਸਾਨੂੰ ਕਿ ਇਹ ਅੱਜ ਲਈ ਅਵੇਲੇਬਲ ਹੈ, ਕੋਈ ਸਾਨੂੰ ਪ੍ਰਾਇਰ ਬੁਕਿੰਗਸ ਹੁਣੇ ਹੀ ਕਰਾ ਲੈਂਦਾ ਫੋਨ ਕਰਕੇ, ਤੁਸੀਂ ਕਾਲ ਕਰਦੇ ਹੋ ਕਿਉਂ ਕਿਹਾ ਕਿ ਅਸੀਂ ਤੁਹਾਡਾ ਹੁਣੇ ਜਸ ਪੰਜਾਬੀ ਦੇ ਉੱਤੇ ਸ਼ੋਅ ਵੇਖਿਆ, ਅਸੀਂ ਤੁਹਾਡੇ ਕੋਲ ਆਉਣਾ ਚਾਹੁੰਦੇ ਹਾਂ, ਅਤੇ ਤੁਹਾਡਾ ਨਾਂ ਲਿਖ ਲੈਣਗੇ, ਤੁਹਾਡਾ ਫੋਨ ਨੰਬਰ ਲਿਖ ਲੈਣਗੇ, ਬੇਸ਼ੱਕ ਤੁਸੀਂ ਇੱਕ ਦਿਨ ਦੋ ਦਿਨ ਬਾਅਦ ਆ ਜਾਇਓ, ਲੇਕਿਨ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਤੁਸੀਂ ਹੁਣੇ ਫਿਕਸ ਕਰਾ ਦਿੰਦੇ ਹੋ। ਦੇ ਵਿਲ ਆਲਸੋ ਗਿਵ ਯੂ ਸਪੈਸ਼ਲ ਡਿਸਕਾਊਂਟ ਵਟ ਐਵਰ ਯੂ ਵਿਲ ਬਾਏ। ਭਾਅ ਜੀ, ਮੈਂ ਕਰਤਾ ਐਲਾਨ ਹੁਣ, ਠੀਕ ਹੈ? ਅਤੇ ਜਿਨ੍ਹਾਂ ਨੇ ਹੁਣੇ ਕਾਲ ਕਰਕੇ ਇਹਨਾਂ ਨੂੰ ਆਪਣੀ ਅਪੁਆਇੰਟਮੈਂਟ ਕਰਾ ਲਈ, ਆਪਣਾ ਨਾਂ ਦੱਸਤਾ, ਜੇਕਰ ਤੁਸੀਂ ਫਰਾਈਡੇ, ਸੈਟਰਡੇ, ਸੰਡੇ, ਵੀਕਐਂਡ ਦੇ ਉੱਤੇ ਜਾਣਾ ਚਾਹੁੰਦੇ ਹੋ, ਪਰ ਤੁਸੀਂ ਆਪਣੀ ਅਪੁਆਇੰਟਮੈਂਟ ਹੁਣੇ ਹੀ ਬੁੱਕ ਕਰਾ ਲਓ। ਜੇਕਰ ਤੁਸੀਂ ਅਪੁਆਇੰਟਮੈਂਟ ਬੁੱਕ ਕਰਾ ਲੈਂਦੇ ਹੋ, 5163010771 'ਤੇ ਟੈਕਸਟ ਕਰ ਦਿਓ, ਮੇਰਾ ਨਾਮ ਸੁਖਜਿੰਦਰ ਸਿੰਘ, ਮੇਰਾ ਨਾਮ ਰਮਨੀਕ ਸਿੰਘ, ਜਾਂ ਫਿਰ ਮੇਰਾ ਨਾਮ ਗੁਰਪ੍ਰੀਤ ਕੌਰ, ਜਾਂ ਫਿਰ ਮੇਰਾ ਨਾਮ ਸੁਰਿੰਦਰ ਕੌਰ, ਮੈਂ ਤੁਹਾਡੇ ਕੋਲ ਫਰਾਈਡੇ ਨੂੰ ਆ ਰਹੀ ਹਾਂ, ਮੇਰੀ ਅਪੁਆਇੰਟਮੈਂਟ ਬੁੱਕ ਕਰ ਲਓ, ਅਤੇ ਤੁਹਾਨੂੰ ਸਪੈਸ਼ਲ ਡਿਸਕਾਊਂਟ 1930 ਦਾ ਅੱਜ ਦਾ ਰੇਟ ਹੈ, ਸਪੈਸ਼ਲ ਡਿਸਕਾਊਂਟ ਜਿਹੜਾ ਹੈਗਾ ਧਿਆਨ ਦੇ ਵਿੱਚ ਰੱਖ ਕੇ ਤੁਹਾਨੂੰ ਦਿੱਤਾ ਜਾਏਗਾ। ਔਰ ਜੇਕਰ ਤੁਹਾਨੂੰ ਡਿਸਕਾਊਂਟ ਨਹੀਂ ਮਿਲਦਾ, ਤਾਂ ਤੁਸੀਂ ਨੈਕਸਟ ਵੀਕ ਮੰਡੇ 6:30 PM ਸਾਨੂੰ ਕਾਲ ਕਰਕੇ ਵੀ ਦੱਸ ਸਕਦੇ ਹੋ ਕਿ ਸਾਨੂੰ ਡਿਸਕਾਊਂਟ ਨਹੀਂ ਮਿਲਿਆ, ਅਸੀਂ ਗਏ ਸੀਗੇ। ਇਸ ਗੱਲ ਦਾ ਧਿਆਨ ਜ਼ਰੂਰ ਰੱਖਿਆ ਜਾਏਗਾ। ਤੁਸੀਂ ਜ਼ਰੂਰ ਕਹਿਣਾ ਕਿ ਅਸੀਂ ਜਸ ਪੰਜਾਬੀ ਦੇ ਉੱਤੇ ਹਰਕੀਰਤ ਸਿੰਘ ਆਲੂਵਾਲੇ ਦੇ ਨਾਂ ਦਾ ਸ਼ੋਅ ਵੇਖਿਆ ਸੀਗਾ, ਔਰ ਸਾਨੂੰ ਸਪੈਸ਼ਲ ਡਿਸਕਾਊਂਟ ਜਿਹੜਾ ਹੈਗਾ ਤੁਹਾਨੂੰ ਦੇਣਾ ਪੈਣਾ ਹੁਣ, ਔਰ ਤੁਸੀਂ ਲੈ ਕੇ ਆਉਂਗੇ ਇਹਨਾਂ ਤੋਂ ਡਿਸਕਾਊਂਟ, ਤੁਹਾਨੂੰ ਜ਼ਰੂਰ ਦੇਣਗੇ। ਕਰਨ ਭਾਅ ਜੀ, ਓਵਰ ਟੂ ਯੂ, ਕੀ ਕੁਝ ਹੋਰ ਖਾਸ ਵਰਾਇਟੀ ਆਈਆਂ ਹਨ? ਵੈਲੰਟਾਈਨ ਡੇ ਆਉਣ ਵਾਲਾ ਹੈ, ਮੁਹੱਬਤ ਦਾ ਦਿਨ ਆਉਣ ਵਾਲਾ ਹੈ, ਔਰ ਮੁਹੱਬਤ ਜਿਹੜੀ ਹੈਗੀ ਹੈ ਸਾਡੇ ਦਰਸ਼ਕ ਜਿਹੜੇ ਨੇ ਉਹ ਜ਼ਰੂਰ ਉਸ ਪੈਗਾਮ, ਉਸ ਸੁਨੇਹਾ ਇੱਕ ਦੂਜੇ ਨਾਲ ਵੰਡਣਾ ਚਾਹੁੰਦੇ ਹਨ, ਕਿਉਂਕਿ ਮੁਹੱਬਤ ਕਰਨ ਦਾ ਸਮਾਂ ਹੈ। ਵੈਲੰਟਾਈਨ ਖਾਸ ਹੋ ਸਕਦਾ ਇਸ ਸਾਲ, ਕਿਉਂਕਿ ਪਿਛਲੇ ਸਾਲ ਜਿਹੜਾ ਰਿਹਾ ਬਹੁਤ ਹੀ ਮੁਸੀਬਤ ਰਹੀ, ਘਰ ਤੋਂ ਬਾਹਰ ਨਹੀਂ ਨਿਕਲ ਸਕੇ। ਖੈਰ, ਹੁਣ ਵੀ ਘਰ ਤੋਂ ਬਾਹਰ ਅਸੀਂ ਨਹੀਂ ਨਿਕਲ ਰਹੇ, ਪਰ ਜਿਹੜਾ ਮਾਹੌਲ ਪਿਛਲਾ ਸਾਲ ਸੀਗਾ ਉਸ ਤੋਂ ਥੋੜ੍ਹਾ ਜਿਹਾ ਬਿਹਤਰ ਹੋਇਆ। ਪਰ ਡੈਫੀਨੇਟਲੀ ਵਾਂਟ ਟੂ ਨੋ ਕਿ ਕੀ ਕੁਝ ਖਾਸ ਤੁਹਾਡੇ ਕੋਲ ਸ਼ਿਪਿੰਗਸ ਆਈਆਂ ਹੋਈਆਂ ਹਨ। ਸੋ ਕਿਰਤ, ਹੁਣ ਥੋੜ੍ਹਾ ਜਿਹਾ ਪਲੱਸ ਪੁਆਇੰਟ ਹੈਗਾ ਕਿ ਵੈਕਸੀਨ ਆ ਰਹੀ ਹੈ, ਐਂਡ ਵੈਡਿੰਗਸ ਫਿਰ ਵਾਪਸ ਹੋਣ ਲੱਗ ਜਾਂਗੀ, ਔਰ ਪ੍ਰਪੋਜ਼ਲਸ ਫਿਰ ਸ਼ੁਰੂ ਹੋ ਜਾਂਗੇ 14 February ਨੂੰ। ਰੈਸਟੋਰੈਂਟਸ ਵੀ ਲੌਂਗ ਆਵਰਸ ਤੇ ਖੁੱਲੇ ਨੇ, ਐਂਡ ਨਿਊਯਾਰਕ ਸਿਟੀ ਇਜ਼ ਕਮਿੰਗ ਬੈਕ ਟੂ ਨੋਰਮਲ, ਤੇ ਵਾਈ ਨਾਟ, ਸਾਡੀ ਨਵੀਂ ਵਰਾਇਟੀ ਆਲਰੇਡੀ ਆ ਚੁੱਕੀ ਹੈ, ਤੇ ਆਓ ਸਟੋਰ ਤੇ ਨਵੀਂ ਨਵੀਂ, ਤੁਹਾਨੂੰ ਪਹਿਲੇ ਤੇ ਸਕਰੀਨ ਤੇ ਆ ਰਹੀ ਹੈ ਨਵੀਂ ਨਵੀਂ ਚੀਜ਼ਾਂ ਦੀ ਪਿਕਚਰਸ ਆ ਰਹੀ ਹੈ, ਤੇ ਤੁਸੀਂ ਸਟੋਰ ਤੇ ਆਓਗੇ ਤੇ ਤੁਹਾਨੂੰ ਹੋਰ ਵਰਾਇਟੀ ਦਿਖ ਸਕਦੀ ਹੈ, ਤੇ ਤੁਸੀਂ ਆਓ ਸਟੋਰ ਤੇ। ਆਈ ਨੋ ਡਿਫਰੈਂਟ ਵਰਾਇਟੀ, ਰਾਈਟ, ਨੈਕਲੇਸ ਜਾਂ ਬ੍ਰੇਸਲੇਟ, ਜੋ ਤੁਸੀਂ ਤੁਹਾਨੂੰ
ਵੈਲੈਂਟਾਈਨ ਤੇ ਗਿਫਟ ਦੇਣਾ ਤੁਸੀਂ ਆਓ ਪਹਿਲੇ ਪ੍ਰੀ ਸ਼ਾਪਿੰਗ ਕਰ ਲਓ ਤੇ ਯੂ ਆਰ ਰੈਡੀ ਫਾਰ ਵੈਲੈਂਟਾਈਨਸ ਡੇ ਨਾਟ ਓਨਲੀ ਇਨ ਗੋਲਡ ਇਫ ਯੂ ਵਾਂਟ ਟੂ ਬਾਏ ਸਮਥਿੰਗ ਇਨ ਡਾਇਮੰਡ ਦੇ ਆਲਸੋ ਹੈਵ ਅ ਕਸਟਮਾਈਜ਼ਡ ਡਾਇਮੰਡ ਜੁਐਲਰੀ ਐਸ ਵੈਲ ਯੂ ਕੈਨ ਹੈਵ ਦ ਰਿੰਗ ਇਫ ਯੂ ਵਾਂਟ ਅ ਗਿਫਟ ਅ ਰਿੰਗ ਟੂ ਯੂਰ ਫਿਆਂਸੀ ਐਂਡ ਇਫ ਯੂ ਵਾਂਟ ਅ ਗਿਫਟ ਯੂ ਨੋ ਰਿੰਗ ਟੂ ਯੂਰ ਗਰਲਫ੍ਰੈਂਡ ਔਰ ਵਟ ਐਵਰ ਔਰ ਯੂਰ ਵਾਈਫ ਯੂਰ ਡਾਟਰ ਯੂਰ ਮਦਰ ਕਿਸੇ ਨੂੰ ਵੀ ਤੁਸੀਂ ਭੇਜਣੀ ਹੈ ਤਾਂ ਇਹਨਾਂ ਕੋਲ ਡਾਇਮੰਡ ਦੀ ਵੀ ਬੇਸ਼ੁਮਾਰ ਵਰਾਇਟੀਆਂ ਹਨ ਉਹਦੇ ਲਈ ਵੀ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਾਂ ਤੁਸੀਂ ਗੂਗਲ ਤੋਂ ਜਾਂ ਫਿਰ ਕੋਈ ਵੀ ਹੋਰ ਸਟੋਰ ਤੋਂ ਤੁਹਾਨੂੰ ਕੁਛ ਵੀ ਚੀਜ਼ ਪਸੰਦ ਆਉਂਦੀ ਹੈ ਤੁਸੀਂ ਉਹਨਾਂ ਦਾ ਰੇਟ ਕੰਪੇਅਰ ਕਰਕੇ ਇਹਨਾਂ ਦਾ ਵੀ ਰੇਟ ਕੰਪੇਅਰ ਕਰ ਲਿਓ ਤੁਹਾਨੂੰ ਬੈਸਟ ਰੇਟ ਜਿਹੜਾ ਦਿੱਤਾ ਜਾਏਗਾ ਅਤੇ ਉਹ ਜਿਹੜੀ ਆਈਟਮ ਹੈਗੀ ਹੈ ਉਹ ਉਸੇ ਤਰੀਕੇ ਦੀ ਆਈਟਮ ਬਣਵਾ ਵੀ ਸਕਦੇ ਨੇ ਸੋ ਤੁਹਾਨੂੰ ਕੋਈ ਖਾਸ ਜਿਹੜੀ ਹੈਗੀ ਹੈ ਘਬਰਾਉਣ ਦੀ ਲੋੜ ਨਹੀਂ ਜਾਂ ਡਰਨ ਦੀ ਲੋੜ ਨਹੀਂ ਕਿਉਂਕਿ ਜਦ ਤੁਸੀਂ ਇੱਥੇ ਗੋਲਡ ਨੂੰ ਬਾਏ ਕਰਦੇ ਹੋ ਤਾਂ ਤੁਹਾਨੂੰ ਜਿਹੜੀ ਕੁਆਲਿਟੀ ਹੈ ਉਹ ਵੀ ਬਕਾਇਦਾ ਕਰਨ ਵਰਮਾ ਕਹਿੰਦੇ ਹਨ ਸਾਡੇ ਵੱਲੋਂ ਦਿੱਤੀ ਜਾਂਦੀ ਹੈ ਕਰਨ ਕਈ ਵਾਰ ਅਸੀਂ ਵੇਖਿਆ ਮੈਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ ਉਹਨਾਂ ਦਾ ਧਿਆਨ ਰੱਖਣਾ ਵੀ ਸਾਡੇ ਲਈ ਲਾਜ਼ਮੀ ਹੈ ਸਾਡੀ ਜ਼ਿੰਮੇਵਾਰੀ ਹੈ ਕਿ ਕਈ ਵਾਰ ਜਿਹੜਾ ਗੋਲਡ ਹੈ ਉਹਦਾ ਰੰਗ ਜਿਹੜਾ ਫਿੱਕਾ ਹੋ ਜਾਂਦਾ ਉਹ ਕਾਲਾ ਹੋਣ ਲੱਗ ਪੈਂਦਾ ਹੈ ਅਤੇ ਉਹ ਕੀ ਕਾਰਨ ਹੁੰਦੇ ਉਹਦੇ ਇੱਕ ਤੇ ਕਾਰਨ ਹੁੰਦਾ ਹੈ ਕਿ ਦੇਖੋ ਕੁਆਲਿਟੀ ਉਹਨਾਂ ਨੇ ਮੇਨਟੇਨ ਨਹੀਂ ਰੱਖੀ ਠੀਕ ਹੈ ਜੀ ਤੇ ਕੁਆਲਿਟੀ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਜੋ ਸਾਡੇ ਸਟੋਰ ਤੇ ਤੁਹਾਨੂੰ ਮਿਲੇਗੀ ਫਸਟ ਆਫ ਆਲ ਠੀਕ ਹੈ ਜੀ ਤੇ ਕੁਆਲਿਟੀ ਮੇਨਟੇਨ ਕਰਨਾ ਸਾਡਾ ਪਹਿਲਾ ਸਟੈਪ ਹੈ ਤੇ ਉਸ ਤੋਂ ਬਾਅਦ ਜੀ ਸਾਡੀ ਸਟੈਂਪ ਲੱਗੀ ਹੁੰਦੀ ਹੈ 916 ਨਹੀਂ ਤੇ 22 ਕੈਰੇਟ ਦੀ ਸਟੈਂਪ ਲੱਗੀ ਹੁੰਦੀ ਹੈ ਉਹ ਜ਼ਰੂਰ ਦੇਖਿਓ ਹਰ ਜੁਐਲਰੀ ਦੇ ਅੰਦਰ ਲੱਗੀ ਹੁੰਦੀ ਹੈ ਠੀਕ ਹੈ ਜੀ ਇਸ ਸਟੈਂਪ ਦਾ ਕੀ ਮਤਲਬ ਹੁੰਦਾ ਹੈ ਕਰਨ ਸਟੈਂਪ ਮਤਲਬ ਕਿ ਪਿਓਰਿਟੀ ਦਾ ਤੁਹਾਨੂੰ ਪਤਾ ਲੱਗੇਗਾ ਕਿ 916 ਹੈਗਾ ਕਿ 22 ਕੈਰੇਟ ਹੈਗਾ ਕਿ 18 ਕੈਰੇਟ ਹੈਗਾ ਕਿ 14 ਕੈਰੇਟ ਹੈਗਾ ਮੋਸਟਲੀ ਡਾਇਮੰਡ ਜੁਐਲਰੀ 18 ਕੈਰੇਟ ਦੇ ਅੰਦਰ ਆਉਂਦੀ ਹੈ ਤੇ 14 ਦੇ ਅੰਦਰ ਆਉਂਦੀ ਹੈ ਸੋ 22 ਕੈਰੇਟ ਮੇਨ ਸਾਡੀ ਸਾਊਥ ਏਸ਼ੀਅਨ ਇੰਡੀਅਨ ਜੁਐਲਰੀ ਜੋ ਆਉਂਦੀ ਹੈ ਉਹ ਮੇਨ 22 ਕੈਰੇਟ ਗੋਲਡ ਹੀ ਸਾਰੇ ਸਾਡੇ ਪਾਉਂਦੇ ਨੇ ਤੇ ਉਹ ਚੀਜ਼ ਜ਼ਰੂਰ ਦੇਖਿਓ ਸਾਡੇ ਸਟੋਰ ਦੇ ਅੰਦਰ ਵੀ ਮਤਲਬ ਤੁਸੀਂ ਕਿਤੇ ਵੀ ਬਾਏ ਕਰਦੇ ਹੋ ਬਟ ਚਾਹੁੰਦੇ ਹਾਂ ਕਿ ਤੁਸੀਂ ਇੱਥੇ ਆਓ ਸਟੈਂਪ ਦੇਖੋ 916 ਦੀ ਸਟੈਂਪ ਲੱਗੀ ਹੁੰਦੀ ਹੈ ਉਹ ਚੀਜ਼ ਬਹੁਤ ਜ਼ਰੂਰੀ ਹੈ ਜੁਐਲਰੀ ਨੂੰ ਬਾਏ ਕਰਨ ਤੋਂ ਪਹਿਲੇ ਠੀਕ ਹੈ ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਵੀ ਤੁਹਾਨੂੰ ਗੋਲਡ ਕਿਸ ਤਰੀਕੇ ਨਾਲ ਬਾਏ ਕਰਨਾ ਚਾਹੀਦਾ ਕੀ ਕੁਝ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਹਨ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗੇ ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕ ਰਹੇ ਹਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਹੁਣ ਅਸੀਂ ਗੱਲ ਕਰਾਂਗੇ ਜਿੱਥੇ ਅਸੀਂ ਆਪਣੇ ਘਰ ਦੇ ਜੀਆਂ ਨੂੰ ਪਿਆਰ ਕਰਦੇ ਹਾਂ ਉੱਥੇ ਸਾਡੇ ਘਰ ਦੇ ਵਿੱਚ ਕੁਝ ਖਾਸ ਜੀ ਹੋਰ ਵੀ ਹੁੰਦੇ ਹਨ ਫੈਮਿਲੀ ਮੈਂਬਰਸ ਹੋਰ ਵੀ ਹੁੰਦੇ ਹਨ ਜਿਨ੍ਹਾਂ ਦੇ ਬਿਨਾਂ ਸਾਡਾ ਦਿਲ ਵੀ ਨਹੀਂ ਲੱਗਦਾ ਜੇਕਰ ਅਸੀਂ ਉਹਨਾਂ ਤੋਂ ਦੂਰ ਹੋ ਜਾਈਏ ਤਾਂ ਸਾਡਾ ਮਨ ਵੀ ਬੜਾ ਉਦਾਸ ਹੁੰਦਾ ਹਿਊਮਨ ਬੀਇੰਗਸ ਤੋਂ ਇਲਾਵਾ ਇੱਕ ਘਰ ਦੇ ਵਿੱਚ ਅਜਿਹੇ ਫੈਮਿਲੀ ਮੈਂਬਰਸ ਵੀ ਨੇ ਜਿਨ੍ਹਾਂ ਨੇ ਸਾਡਾ ਮਨ ਹਮੇਸ਼ਾ ਲਾ ਕੇ ਰੱਖਿਆ ਹੁੰਦਾ ਜੇਕਰ ਤੁਸੀਂ ਉਹਨਾਂ ਨੂੰ ਗਿਫਟ ਕਰਨਾ ਚਾਹੁੰਦੇ ਹੋ ਤੁਸੀਂ ਆਪਣੇ ਡੌਗ ਨੂੰ ਆਪਣੇ ਕੈਟ ਨੂੰ ਗਿਫਟ ਕਰਨਾ ਚਾਹੁੰਦੇ ਹੋ ਉਹਨਾਂ ਦੇ ਨੈਕਲੇਸਿਸ ਸਪੈਸ਼ਲ ਜਿਹੜੇ ਨੇ ਉਹ ਵੀ ਜਿਹੜੇ ਨੇ ਕਰਨ ਵਰਮਾ ਵੱਲੋਂ ਡਿਜ਼ਾਈਨ ਕੀਤੇ ਜਾ ਰਹੇ ਨੇ ਔਰ ਉਹਨਾਂ ਨੂੰ ਵੀ ਸਪੈਸ਼ਲ ਗਿਫਟ ਜਿਹੜਾ ਹੈਗਾ ਦਿੱਤਾ ਜਾ ਰਿਹਾ ਉਹਦੇ ਬਾਰੇ ਮੈਂ ਜਾਣਨਾ ਚਾਹਾਂਗਾ ਆਈ ਵੈਲਕਮ ਬੈਕ ਕਰਨ ਔਨ ਦਿਸ ਸ਼ੋ ਬਾਏ ਗੋਲਡ ਨਾਓ ਆਸਕ ਕਰਨ ਹਾਉ ਹੀ ਇਜ਼ ਦੇਅਰ ਵਿਦ ਅਸ ਕਰਨ ਗੋ ਅਹੈਡ ਸੋ ਉਹ ਸਾਡੇ ਉਹ ਵੀ ਲਵ ਵਨਸ ਨੇ ਫੈਮਿਲੀ ਮੈਂਬਰ ਨੇ ਘਰ ਦੇ ਸੋ ਇੱਕ ਪੈਟ ਜੋ ਸਾਡਾ ਹੁੰਦਾ ਉਹ ਵੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਘਰ ਦੇ ਅੰਦਰ ਯੂ ਨੋ ਇਟਸ ਲਾਈਕ ਅ ਫੈਮਿਲੀ ਮੈਂਬਰ ਸੋ ਉਹਨਾਂ ਦੇ ਵਾਸਤੇ ਵੀ ਅਸੀਂ ਗਿਫਟ ਬਣਾਉਂਦੇ ਹਾਂ ਸੋ ਉਹ ਮਤਲਬ 1 ਕਿਲੋ ਤੋਂ ਹੋਏ ਉਹਦੀ ਕਾਲਰ ਨੈਕਲੈਸ ਬਣਾਉਣੀ ਹੈ ਵੀ ਹੈਵ ਐਵਰੀਥਿੰਗ ਯੂ ਨੋ ਸੋ ਵੀ ਕੈਨ ਡੂ ਇਟ ਫੋਰ ਅ ਪੈਟ ਆਲਸੋ ਠੀਕ ਹੈ ਠੀਕ ਹੈ ਜੀ ਸਾਡਾ ਕੁੱਤਾ ਕੁੱਤਾ ਤੁਹਾਡਾ ਕੁੱਤਾ ਟੌਮੀ ਤੇ ਕਹਿਣ ਦਾ ਭਾਵ ਹੈ ਕਿ ਟੌਮੀ ਲਈ ਵੀ ਤੁਸੀਂ ਬਣਵਾ ਸਕਦੇ ਹੋ ਨਾ ਬਿਲਕੁਲ ਬਿਲਕੁਲ ਔਰ ਉਹ ਵੀ ਘਰ ਦੇ ਖਾਸ ਜੀ ਹੁੰਦੇ ਨੇ ਉਹਨਾਂ ਲਈ ਵੀ ਮੈਂ ਦੇਖਿਆ ਹੁਣ ਬੜਾ ਟ੍ਰੈਂਡ ਸ਼ੁਰੂ ਹੋ ਗਿਆ ਲੋਕ ਬਣਵਾਉਣੇ ਸ਼ੁਰੂ ਹੋ ਗਏ ਉਹਨੂੰ ਗੋਲਡ ਦੀ ਕਿਸੇ ਨੇ ਚੇਨ ਪਾਈ ਹੋਈ ਆਈ ਵੈਂਟ ਟੂ ਵਨ ਆਫ ਮਾਈ ਯੂ ਨੋ ਰਿਲੇਟਿਵਸ ਲਾਸਟ ਵੀਕਐਂਡ ਉਹਨਾਂ ਦਾ ਕੁੱਤਾ ਸੀਗਾ ਉਹਦਾ ਨਾਂ ਵੀ ਡੋਲਰ ਸੀਗਾ ਰਾਈਟ ਅਤੇ ਉਹ ਡੋਲਰ ਨੂੰ ਪਹਿਨਾਇਆ ਹੋਇਆ ਸੀਗਾ ਗੋਲਡ ਦੀ ਚੇਨ ਆਈ ਥਿੰਕ ਦਿਸ ਇਜ਼ ਸਮਥਿੰਗ ਆਲਸੋ ਨਿਊ ਟ੍ਰੈਂਡ ਰਾਈਟ ਸੋ ਉਹਨਾਂ ਨੂੰ ਵੀ ਸਪੈਸ਼ਲ ਜਿਹੜੀ ਹੈਗੀ ਹੈ ਉਹ ਦਿੱਤੀ ਜਾਂਦੀ ਹੈ ਜਗ੍ਹਾ ਘਰ ਦੇ ਵਿੱਚ ਕਿ ਜਿੱਥੇ ਅਸੀਂ ਚੀਜ਼ਾਂ ਪਾ ਕੇ ਰੱਖਦੇ ਹਾਂ ਅਤੇ ਕਹਿੰਦੇ ਉਹਨਾਂ ਦਾ ਵੀ ਮਨ ਕਰਦਾ ਹੋਣਾ ਲੇਕਿਨ ਉਹ ਦੱਸ ਨਹੀਂ ਸਕਦੇ ਬੇਜ਼ੁਬਾਨ ਹੁੰਦੇ ਹਨ ਪਰ ਅਸੀਂ ਉਹਨਾਂ ਨੂੰ ਪਾ ਕੇ ਉਹ ਖੁਸ਼ ਕਰ ਸਕਦੇ ਹਾਂ ਅਤੇ ਆਪਣੀ ਆਪਣੀ ਗੱਲਾਂ ਜੇ ਇਹ ਕਿਸੇ ਨੂੰ ਫੋਰਸ ਨਹੀਂ ਹੈਗਾ ਕਿ ਤੁਸੀਂ ਵੀ ਪਵਾਉਣੀ ਹੈ ਹਾਂ ਜੇਕਰ ਤੁਸੀਂ ਗਿਫਟ ਕਰਨਾ ਚਾਹੁੰਦੇ ਹੋ
ਸੋ ਕਰਨ ਭਾਜੀ ਦੇ ਕੋਲੋਂ ਡਿਜ਼ਾਈਨਸ ਅਵੇਲੇਬਲ ਨੇ। ਕਰਨ ਭਾਜੀ ਹੁਣ ਵੈਡਿੰਗਸ ਆਉਣ ਵਾਲੀਆਂ, ਘਰ ਦੇ ਵਿੱਚ ਹਰ ਕਿਸੇ ਨੇ ਕੁਝ ਨਾ ਕੁਝ ਜ਼ਰੂਰ ਬਣਵਾਉਣਾ। ਆਈ ਥਿੰਕ ਦਿਸ ਇਜ਼ ਅ ਗੁੱਡ ਆਈਡੀਆ ਯੂ ਤੁਸੀਂ ਉਹਨਾਂ ਨੂੰ ਦੱਸਿਆ ਕਿ ਬਈ ਤੁਸੀਂ ਘਰ ਦੀ ਪੁਰਾਣੀ ਜਿਹੜੀ ਜਿੰਨੀ ਵੀ ਜਵੈਲਰੀ ਹੈ ਉਹ ਸਾਰੀ ਲਿਆਓ, ਅਸੀਂ ਤੁਹਾਨੂੰ ਨਿਊ ਜਵੈਲਰੀ ਬਣਾ ਕੇ ਦੇਵਾਂਗੇ। ਅਤੇ ਉਹ ਕੰਮ, ਉਹ ਸਰਵਿਸਿਸ ਕਿਵੇਂ ਹੁੰਦੀ ਹੈ, ਪਲੀਜ਼ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਐਕਸਪਲੇਨ ਕਰੋ। ਅਤੇ ਜੋ ਤੁਹਾਡੇ ਗੋਲਡ ਦੀ ਵੈਲਿਊ ਹੁੰਦੀ ਹੈ ਉਹ ਅਸੀਂ ਵੈਲਿਊ ਤੁਹਾਡੇ ਵਾਸਤੇ ਰਾਈਟ ਅਵੇ ਔਨ ਦ ਸਪੋਟ ਕਢਾਵਾਂਗੇ ਐਂਡ ਉਹ ਤੁਹਾਨੂੰ ਪ੍ਰਾਈਜ਼ ਦਾਂਗੇ ਉਹਦਾ ਐਂਡ ਤੁਸੀਂ ਉਹ ਐਕਸਚੇਂਜ ਕਰਕੇ ਤੁਸੀਂ ਨਵੀਂ ਜੁਵੈਲਰੀ ਲੈ ਸਕਦੇ ਹੋ ਜੋ ਸਾਡੇ ਸਟੋਰ 'ਤੇ ਲੱਗੀ ਹੈ। ਨਹੀਂ ਤਾਂ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਸਤੇ ਕੋਈ ਚੀਜ਼ ਬਣਵਾਈਏ ਉਹ ਚੀਜ਼ ਸੇਮ ਚੀਜ਼ ਬਣ ਕੇ ਆ ਜਾਏਗੀ ਅਤੇ ਉਹ ਸਪੈਸ਼ਲ ਆਰਡਰ 'ਤੇ ਵੀ ਹੋ ਜਾਂਦੀ ਹੈ ਇਨ ਸਟੋਰ ਜੋ ਸਾਹਮਣੇ ਸਟੋਕ ਦੇ ਅੰਦਰ ਹੈਗਾ ਉਹ ਵੀ ਤੁਸੀਂ ਲੈ ਸਕਦੇ ਹੋ ਔਨ ਦਾ ਸਪੋਟ। ਲੈਸ ਤੁਹਾਨੂੰ ਵੇਟ ਨਹੀਂ ਕਰਨੀ ਪੈਣੀ ਕਿ ਸਾਡਾ ਸਮਾਨ ਬਣ ਕੇ ਆਏਗਾ ਅਤੇ ਉਹ ਤੁਸੀਂ ਰਾਈਟ ਵੇ ਲੈ ਸਕਦੇ। ਓਕੇ, ਸੋ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ ਆਲ ਓਵਰ ਨੌਰਥ ਅਮੈਰੀਕਾ ਦੇ ਵਿੱਚ ਜਿੱਥੇ ਕਿਤੇ ਵੀ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਕਿ ਬਈ ਅਸੀਂ ਨਹੀਂ ਜਾ ਸਕਦੇ ਜਾਂ ਫਿਰ ਅਸੀਂ ਕਿਵੇਂ ਕਰੀਏ। ਤੁਸੀਂ ਇਹਨਾਂ ਨੂੰ ਸਿਰਫ ਕਾਲ ਕਰਨੀ ਹੈ, ਵਟਸਐਪ ਦਾ ਇਹਨਾਂ ਦਾ ਨੰਬਰ ਟੀ ਵੀ ਸਕਰੀਨ 'ਤੇ ਚੱਲ ਰਿਹਾ 5163010771 ਇਹ ਡਾਇਰੈਕਟ ਨੰਬਰ ਹੈਗਾ ਕਰਨ ਵਰਮਾ ਹੋਰਾਂ ਦਾ। ਤੁਸੀਂ ਇਹਨਾਂ ਨੂੰ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਫਿਕਸ ਕਰਾ ਸਕਦੇ ਹੋ ਔਰ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਇਹਨਾਂ ਨੂੰ ਪਿਕਚਰ ਭੇਜ ਕੇ ਵਟਸਐਪ ਦੇ ਉੱਤੇ ਉਹ ਡਿਜ਼ਾਈਨ ਵੀ ਸਪੈਸ਼ਲ ਬਣਾ ਸਕਦੇ ਹੋ, ਉਹਦਾ ਪ੍ਰਾਈਸ ਵੀ ਤੁਹਾਨੂੰ ਦਿੱਤਾ ਜਾਏਗਾ। ਔਰ ਔਨ ਟੋਪ ਆਫ ਦੈਟ ਜੇਕਰ ਤੁਸੀਂ ਕਹਿੰਦੇ ਹੋ ਕਿ ਅਸੀਂ ਜਸ ਪੰਜਾਬੀ ਦੇ ਉੱਤੇ ਤੁਹਾਡਾ ਸ਼ੋ ਵੇਖਿਆ, ਜੋ ਤੁਹਾਡਾ ਗੋਲਡ ਦਾ ਰੇਟ ਹੋਏਗਾ ਉਸ ਦਿਨ ਦਾ ਉਹਦੇ ਉੱਤੇ ਵੀ ਸਪੈਸ਼ਲ ਡਿਸਕਾਊਂਟ ਜਿਹੜਾ ਉਹ ਵੀ ਕਰਨ ਭਾਜੀ ਨੇ ਕਹਿਤਾ ਕਿ ਤੁਹਾਨੂੰ ਦਿੱਤਾ ਜਾਏਗਾ। ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਾਓ ਹੁਣੇ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰਾ ਕੇ ਤੁਸੀਂ ਵੀਕਐਂਡ ਦੇ ਉੱਤੇ ਇਹਨਾਂ ਨੂੰ ਫਿਜ਼ੀਕਲੀ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਜੇਕਰ ਤੁਸੀਂ ਆਪਣੀ ਅਪੁਆਇੰਟਮੈਂਟ ਹੁਣੇ ਹੀ ਕਰਾ ਲੈਂਦੇ ਹੋ ਤਾਂ ਤੁਸੀਂ ਸਮਝ ਲਓ ਕਿ ਤੁਹਾਨੂੰ ਸਪੈਸ਼ਲ ਡਿਸਕਾਊਂਟ ਰੇਟ ਤੋਂ ਬਾਅਦ ਵੀ ਖਾਸ ਧਿਆਨ ਰੱਖਿਆ ਜਾਏਗਾ ਤੁਹਾਡਾ ਕਿ ਬਈ ਇਹ ਅਸੀਂ ਅਪੁਆਇੰਟਮੈਂਟ ਪ੍ਰਾਇਰ ਬੁਕਿੰਗ ਕਰਾ ਲਈ ਸੀਗੀ, ਹੁਣ ਸਾਨੂੰ ਸਪੈਸ਼ਲ ਡਿਸਕਾਊਂਟ ਮਿਲਣਾ ਚਾਹੀਦਾ। ਉਹ ਸਾਰੇ ਡਿਸਕਾਊਂਟ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ, ਇਹਨਾਂ ਨੂੰ ਹੁਣੇ ਕਾਲ ਕਰਕੇ ਆਪਣੀ ਗੱਲ ਦੱਸੋ ਕਿ ਬਈ ਅਸੀਂ ਇਹ ਜਵੈਲਰੀ ਬਣਾਉਣਾ ਚਾਹੁੰਦੇ ਹਾਂ, ਸਾਡੇ ਘਰ ਦੇ ਵਿੱਚ ਆਨੰਦ ਕਾਰਜ ਆ ਰਿਹਾ, ਸਾਡੇ ਘਰ ਦੇ ਇੰਨੇ ਜੀ ਨੇ ਇਹਨਾਂ ਦਾ ਸਾਰਿਆਂ ਦਾ, ਅਸੀਂ ਇੱਕ ਇੱਕ ਸੈੱਟ ਬਣਾਉਣਾ ਹੈ ਕਿਉਂਕਿ ਪਿਛਲੇ ਜਿਹੜਾ ਸਾਲ ਹੈਗਾ ਆਨੰਦ ਕਾਰਜ ਨਹੀਂ ਹੋ ਪਾਏ, ਪਰ ਆਈ ਥਿੰਕ ਦਿਸ ਈਅਰ ਗੋਨਾ ਬੀ ਗੁੱਡ। ਔਰ ਜੇਕਰ ਤੁਸੀਂ ਆਪਣਾ ਆਨੰਦ ਕਾਰਜ ਪਲੈਨ ਕਰ ਲਿਆ, ਵਿਆਹ ਪਲੈਨ ਕਰ ਲਿਆ ਜਾਂ ਫਿਰ ਕੋਈ ਵੀ ਸੈਲੀਬ੍ਰੇਸ਼ਨ ਤੁਹਾਡੇ ਘਰ ਦੇ ਵਿੱਚ ਆ ਰਹੀਆਂ ਹਨ ਐਂਡ ਯੂ ਵਾਂਟ ਟੂ ਪ੍ਰੈਜ਼ੈਂਟ ਦ ਗਿਫਟਸ, ਦੈਨ ਦਿਸ ਇਜ਼ ਯੋਰ ਟਾਈਮ, ਦਿਸ ਇਜ਼ ਯੋਰ ਸਟੋਰ, ਹੀ ਇਜ਼ ਯੋਰ ਮੈਨ ਔਨ ਦਾ ਟੀ ਵੀ ਸਕਰੀਨ, ਕਾਲ ਹਿਮ ਰਾਈਟ ਨਾਓ, ਯੂ ਕੈਨ ਸੀ ਦ ਵੀਡੀਓਜ਼ ਰਾਈਟ ਐਂਡ ਔਨ ਟੀ ਵੀ ਸਕਰੀਨ। ਇਹਨਾਂ ਦੇ ਕੋਲ ਐਕਸਕਲੂਸਿਵ ਕਸਟਮਾਈਜ਼ ਜਵੈਲਰੀ ਹੈਗੀ ਹੈ, ਬੇਸ਼ੁਮਾਰ ਇਹਨਾਂ ਦੇ ਕੋਲ ਵਰਾਇਟੀ ਹੈ। ਇਹ ਤਾਂ ਤੁਹਾਨੂੰ ਇੱਕ ਛੋਟਾ ਜਿਹਾ ਕਲਿੱਪ ਅਸੀਂ ਜੋ ਕਿ ਇਹਨਾਂ ਦੇ ਸਟੋਰ ਤੋਂ ਅਸੀਂ ਕੈਦ ਕਰਕੇ ਲਿਆਏ ਹਾਂ, ਲੇਕਿਨ ਇਸ ਤੋਂ ਵੀ ਇਲਾਵਾ ਇਹਨਾਂ ਦੇ ਕੋਲ ਬਹੁਤ ਸਾਰੀਆਂ ਵਰਾਇਟੀਆਂ ਹਨ। ਉਹਨਾਂ ਵਰਾਇਟੀ ਦੇ ਉੱਤੇ ਤੁਸੀਂ ਨਜ਼ਰ ਜਾ ਕੇ ਖੁਦ ਫਿਜ਼ੀਕਲੀ ਵੀ ਸਟੋਰ 'ਤੇ ਪਾ ਸਕਦੇ ਹੋ। ਇਹਨਾਂ ਦੇ ਕੋਲ ਨਿਊ ਟਰੈਂਡ ਜਿਹੜੇ ਆ ਗਏ ਨੇ ਹੁਣ ਨੈਕਲੇਸਿਸ ਦੇ ਵਿੱਚ, ਤੁਸੀਂ ਵੇਖ ਪਾ ਰਹੇ ਹੋ ਟੀ ਵੀ ਸਕਰੀਨ ਦੇ ਉੱਤੇ ਕਿ ਜਿਹੜਾ ਇਹ ਨਿਊ ਟਰੈਂਡ ਸ਼ੁਰੂ ਹੋ ਚੁੱਕਿਆ ਹੈ, ਉਸ ਲਿਹਾਜ਼ ਨਾਲ ਵੀ ਇਹਨਾਂ ਦੇ ਕੋਲ ਬਕਾਇਦਾ ਜਿਹੜੀਆਂ ਹਨ ਜਵੈਲਰੀਆਂ ਹਨ। ਔਰ ਇਹਨਾਂ ਨੇ ਦੱਸਿਆ ਕਿ ਅਸੀਂ ਟਰੈਂਡ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ। ਜੇਕਰ ਤੁਸੀਂ ਬਾਲੀਵੁੱਡ ਦੀਆਂ ਫਿਲਮਾਂ ਜਾਂ ਫਿਰ ਪੋਲੀਵੁੱਡ ਦੀਆਂ ਫਿਲਮਾਂ ਜੇਕਰ ਤੁਸੀਂ ਵੇਖਦੇ ਹੋ, ਉਹਦੇ ਵਿੱਚ ਜਿਹੜੀ ਐਕਟਰੈਸਸ ਹਨ ਉਹਨਾਂ ਨੇ ਜਿਹੜੇ ਹਾਰ ਪਾਏ ਹੁੰਦੇ ਹਨ, ਉਹ ਹੀ ਹਾਰ ਜਿਹੜੇ ਨੇ ਹੁਣ ਜੈਕਸਨ ਹਾਈਟਸ ਕੁਨਾਲ ਜਵੈਲਰਸ ਦੇ ਵਿੱਚ ਬਕਾਇਦਾ ਮੌਜੂਦ ਹਨ। ਕਰਨ ਉਸ ਟਰੈਂਡ ਨੂੰ ਫੋਲੋ ਵੀ ਕਰਦੇ ਹਨ, ਉਸ ਟਰੈਂਡ ਨੂੰ ਅਮੈਰੀਕਾ ਦੇ ਵਿੱਚ ਲੈ ਕੇ ਵੀ ਆਉਂਦੇ ਹਨ। ਇਹਨਾਂ ਦੀ ਜਿਹੜੀ ਜਵੈਲਰੀ ਹੈਗੀ ਹੈ ਉਹ ਬਹੁਤ ਹੀ ਖਾਸ ਗੱਲਾਂ ਨਾਲ ਧਿਆਨ ਦੇ ਵਿੱਚ ਰੱਖ ਕੇ ਬਣਾਈ ਜਾਂਦੀ ਹੈ, ਔਰ ਇਹ ਕੁਆਲਿਟੀ ਜਿਹੜੇ ਕਹਿ ਰਹੇ ਹਨ ਕਿ ਕੁਆਲਿਟੀ ਨਾਲ ਕੰਪਰੋਮਾਈਜ਼ ਜਿਹੜੀ ਹੈ ਉਹ ਨਹੀਂ ਹੁੰਦੀ। ਜਿਹਨਾਂ ਨੇ ਕਿਹਾ ਕਿ ਗੋਲਡ ਦਾ ਰੰਗ ਫਿੱਕਾ ਹੋ ਜਾਂਦਾ, ਉਹ ਜਿਹੜੇ ਦੁਕਾਨਦਾਰ ਨੇ ਜਾਂ ਫਿਰ ਜਵੈਲਰ ਨੇ ਮੇ ਵੀ ਆਪਣੀ ਕੁਆਲਿਟੀ ਦਾ ਧਿਆਨ ਨਹੀਂ ਰੱਖਦੇ, ਪਰ ਇਹਨਾਂ ਨੇ ਗਰੰਟੀ ਦਿੱਤੀ ਹੈ ਸਾਨੂੰ ਵੀ ਅਤੇ ਗਰੰਟੀ ਦੇ ਰਹੇ ਨੇ ਤੁਹਾਨੂੰ ਵੀ ਕਿ ਜਿਸ ਤਰੀਕੇ ਦੀ ਚਮਕ, ਜਿਸ ਤਰੀਕੇ ਦੀ ਸ਼ਾਈਨ ਇਹਨਾਂ ਦੀ ਪਿਕਚਰ ਦੇ ਵਿੱਚ ਤੁਹਾਨੂੰ ਅੱਜ ਵੇਖਣ ਨੂੰ ਮਿਲ ਰਹੀ ਹੈ, ਇਹਨਾਂ ਦੀ ਜਵੈਲਰੀ ਦੇ ਵਿੱਚ ਵੀ ਵੇਖਣ ਨੂੰ ਮਿਲੇਗੀ। ਕਰਨ ਜੀ, ਗੋ ਅਹੈਡ। ਥੈਂਕ ਯੂ ਹਰਕੀਰਤ, ਤੇ ਸ਼ਾਈਨ ਤੇ ਆਲਵੇਜ਼ ਰਹੇਗੀ ਜੁਲਰੀ ਤੇ ਪੰਜਾਬੀਜ਼ ਆਰ ਬੋਰਨ ਫॉर ਸ਼ਾਈਨ, ਯੂ نو ਦੇ ਆਰ ਬੋਰਨ ਟੂ ਸ਼ਾਈਨ, ਸ਼ਾਈਨਿੰਗ ਰਾਈਟ ਆਫ ਕੋਰਸ। ਸੋ ਜੁਲਰੀ ਤੇ ਤੁਹਾਨੂੰ ਕਦੇ ਕੋਈ ਕੰਪਲੇਂਟ ਨਹੀਂ ਆਏਗੀ, ਇਹ ਚੀਜ਼ ਦੀ ਗਾਰੰਟੀ ਹੈ ਸਾਡੀ ਲਾਈਫ ਟਾਈਮ, ਯੂ نو ਸੋ ਜੁਲਰੀ ਸਾਡੀ ਮੇਨਟੇਨ ਹੀ ਇਸ ਵਾਸਤੇ ਇਹ ਚੀਜ਼ ਰੱਖਦੇ ਆ ਕਿ ਕੁਆਲਿਟੀ ਪਹਿਲੇ ਜ਼ਰੂਰੀ ਹੈ ਸਾਡੀ, ਹੈਨਾ ਰਾਈਟ। ਤੇ ਵੈਲੈਂਟਾਈਨ ਦੀ ਗੱਲ ਕਰੀਏ ਤਾਂ ਜੀ, ਤੁਸੀਂ ਕਿਥੋਂ ਆ ਰਹੇ ਹਰਕਿਰਤ
ਤੁਹਾਡੇ ਕੋਲ ਛੇਤੀ ਆਵਾਂਗਾ ਲੈਣ ਆਪਣੀ ਵਾਈਫ ਲਈ, ਕਿਉਂਕਿ ਵੈਲੈਂਟਾਈਨ ਆਉਣ ਵਾਲਾ। ਆਈ ਹੈਵ ਟੂ ਆਲਸੋ ਗਿਵ ਹਰ ਅ ਸਰਪ੍ਰਾਈਜ਼ ਐਂਡ ਆਈ ਵਿਲ ਬੀ ਦੇਅਰ ਸੂਨ ਫੋਰ ਸ਼ੋਰ। ਐਂਡ ਯੂ ਹੈਵ ਟੂ ਟੇਕ ਕੇਅਰ ਮਾਈ ਡਿਸਕਾਊਂਟ ਐਸ ਵੈਲ। ਹਾਂ ਹਾਂ ਨਹੀਂ 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 ਉਹ ਇਸ ਨਾਟ ਵਾਚਿੰਗ ਦ ਸ਼ੋ। ਨੋ ਨੋ ਸ਼ੀ ਇਸ ਨਾਟ ਵਾਚਿੰਗ। ਦੈਟਸ ਵਾਈ ਆਈ ਐਮ ਸੇਇੰਗ ਮੈਂ ਨਾ ਤੇ ਉਹਨੂੰ ਸ਼ੋਅ ਦਿਖਾਣਾ ਵੀ ਨਹੀਂ ਆ। ਹੋ ਸਕਦਾ ਕਿ ਜਦ ਅਸੀਂ ਇਹਨੂੰ ਸੋਸ਼ਲ ਮੀਡੀਆ ਤੇ ਪਾਲੇ ਤੇ ਵੇਖ ਲੈ, ਪਰ ਉਹਨੂੰ ਇਹ ਨਹੀਂ ਪਤਾ ਕਿ ਸਰਪ੍ਰਾਈਜ਼ ਕੀ ਹੈ। ਦੈਟਸ ਓਕੇ ਇਫ ਸ਼ੀ ਇਫ ਸ਼ੀ ਨੋਸ ਕਿ ਸ਼ੀ ਇਜ਼ ਗੈਟਿੰਗ ਸਰਪ੍ਰਾਈਜ਼ ਬਟ ਸ਼ੀ ਡਜ਼ਨਟ ਨੋ ਕਿ ਵਟ ਸ਼ੀ ਇਜ਼ ਗੈਟਿੰਗ ਐਂਡ ਆਫ ਦ ਡੇ ਦੈਨ ਇਜ਼ ਅ ਸਰਪ੍ਰਾਈਜ਼ ਦੈਨ ਇਟ ਵਿਲ ਬੀ ਅ ਸਰਪ੍ਰਾਈਜ਼ ਐਂਡ 100% ਆਰ ਵਿਊਅਰਸ ਕੈਨ ਆਲਸੋ ਅਵੇਲ ਦਿਸ ਸਰਪ੍ਰਾਈਜ਼। ਉਹ ਵੀ ਇਸ ਓਪਰਚੁਨਿਟੀ ਨੂੰ ਅਵੇਲ ਕਰ ਸਕਦੇ ਨੇ। ਉਹ ਵੀ ਆਪਣੇ ਘਰ ਦੇ ਵਿੱਚ ਬੈਠੇ ਸਿਰਫ ਉਹਨਾਂ ਨੇ ਨੰਬਰ ਡਾਇਲ ਕਰਨਾ ਹੈ ਜਿਹੜਾ ਟੀਵੀ ਸਕਰੀਨ ਤੇ ਚੱਲ ਰਿਹਾ 5163010771। ਫੋਨ ਖੜਕਾ ਦਿਓ, ਕਰਨ ਵਰਮਾ ਜੀ ਨੂੰ ਕਹਿ ਦਿਓ ਕਿ ਵਰਮਾ ਸਾਹਿਬ ਸਾਡੀ ਇਹ ਜਵੈਲਰੀ ਬਣਾ ਦਿਓ, ਅਸੀਂ ਆ ਰਹੇ ਹਾਂ ਤੁਹਾਡੇ ਕੋਲ, ਆਪਣੀ ਅਪੁਆਇੰਟਮੈਂਟ ਫਿਕਸ ਕਰਾ ਲਓ ਹੁਣੇ। ਜੇਕਰ ਤੁਸੀਂ ਹੁਣੇ ਅਪੁਆਇੰਟਮੈਂਟ ਫਿਕਸ ਕਰਾਉਂਦੇ ਹੋ ਤਾਂ ਤੁਹਾਨੂੰ ਸਪੈਸ਼ਲ ਡਿਸਕਾਊਂਟ ਜਿਹੜਾ ਇਹਨਾਂ ਨੇ ਦੇਣਾ ਹੈ। ਔਰ ਜੇਕਰ ਨਹੀਂ ਦਿੰਦੇ ਤਾਂ ਅਗਲੀ ਵਾਰ ਮੰਡੇ ਨੂੰ 6:30 ਤੁਸੀਂ ਕਾਲ ਕਰਕੇ ਸਾਨੂੰ ਦੱਸ ਦੇਣਾ ਕਿ ਅਸੀਂ ਗਏ ਸੀ, ਸਾਨੂੰ ਡਿਸਕਾਊਂਟ ਨਹੀਂ ਮਿਲਿਆ। ਹਾਂ, ਜੇਕਰ ਤੁਸੀਂ ਜਾਣਦੇ ਹੋ ਔਰ ਵਧੀਆ ਸਰਵਿਸਿਜ਼ ਲੱਗਦੀ ਹੈ ਔਰ ਡਿਸਕਾਊਂਟ ਵੀ ਤੁਹਾਨੂੰ ਦਿੱਤਾ ਜਾਂਦਾ ਹੈ ਤਾਂ ਤੁਸੀਂ ਹੁਣੇ ਵੀ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ ਬੇਸ਼ੱਕ। ਔਰ ਤੁਸੀਂ ਇਹਨਾਂ ਦੀ ਸਰਵਿਸਿਜ਼ ਬਾਰੇ ਦੱਸ ਸਕਦੇ ਹੋ ਲਾਈਵ ਕਾਲ ਕਰਕੇ ਸਾਡੇ ਦਰਸ਼ਕਾਂ ਨੂੰ ਕਿ ਕਿਵੇਂ ਤੁਹਾਨੂੰ ਲੱਗਿਆ। ਪਿਛਲੀ ਵਾਰ ਅਸੀਂ ਸ਼ੋਅ ਕੀਤਾ ਸੀਗਾ ਕਰਨ ਭਾਅ ਜੀ, ਆਈ ਥਿੰਕ ਤੁਹਾਡੇ ਕੋਲ ਕਸਟਮਰਸ ਗਏ ਸੀਗੇ ਐਂਡ ਥੈਂਕ ਯੂ ਵੈਰੀ ਮੱਚ, ਤੁਸੀਂ ਉਹਨਾਂ ਨੂੰ ਡਿਸਕਾਊਂਟ ਵੀ ਦਿੱਤਾ, ਉਹਨਾਂ ਦੀ ਹਰ ਗੱਲ ਦਾ ਧਿਆਨ ਰੱਖਿਆ। ਥੈਂਕ ਯੂ ਜੀ, ਥੈਂਕ ਯੂ ਹਰਕਿਰਤ। ਇੱਕ ਹੋਰ ਚੀਜ਼, ਕੋਈ ਆ ਨਹੀਂ ਸਕਦਾ ਤੇ ਕਿਸੇ ਨੂੰ ਗਿਫਟ ਭੇਜਣਾ, ਰਾਈਟ, ਅਸੀਂ ਉਹ ਵੀ ਕਰ ਦਾਂਗੇ ਐਜ਼ ਸ਼ਿਪਿੰਗ। ਕਿਸੇ ਨੂੰ ਭੇਜਣੀ ਸਰਪ੍ਰਾਈਜ਼ ਭੇਜਣਾ ਐਂਡ ਦੇ ਆਰ ਨਾਟ ਏਬਲ ਟੂ ਮੇਕ ਇਟ, ਔਰ ਯੂ ਨੋ ਦੇ ਫੈਮਿਲੀ ਇਜ਼ ਲਿਵਿੰਗ ਫਾਰ ਅਵੇ, ਤੇ ਅਸੀਂ ਉਹਨਾਂ ਨੂੰ ਵੀ ਉਹਨਾਂ ਦੇ ਤਰਫੋਂ ਗਿਫਟ ਭੇਜ ਸਕਦੇ ਹਾਂ। ਵਾਓ, ਦੈਟਸ ਆਲਸੋ ਵੈਰੀ ਗੁੱਡ ਸਰਵਿਸਿਜ਼ ਭਾਜੀ। ਆਈ ਥਿੰਕ ਕਿ ਫੋਰ ਐਗਜ਼ਾਮਪਲ ਕਿਸੇ ਨੇ ਕਿਸੇ ਨੂੰ ਚੇਨ ਭੇਜਣੀ ਹੈ ਜਾਂ ਕਿਸੇ ਨੇ ਰਿੰਗ ਭੇਜਣੀ ਹੈ ਆਪਣੀ ਫਿਆਂਸੀ ਨੂੰ, ਆਪਣੀ ਵਾਈਫ ਨੂੰ ਜਾਂ ਆਪਣੀ ਗਰਲਫ੍ਰੈਂਡ ਨੂੰ, ਤਾਂ ਤੁਸੀਂ ਵੇਟ ਦੱਸ ਦੋਗੇ ਕਿ ਆਹ ਵੇਟ ਹੈ, ਇੰਨੇ ਇਹਦਾ ਇਹ ਰੇਟ ਹੈ। ਰੇਟ ਦੇ ਵਿੱਚ ਤੁਸੀਂ ਸਪੈਸ਼ਲ ਡਿਸਕਾਊਂਟ ਲਾ ਕੇ ਜਸ ਪੰਜਾਬੀ ਦੀ ਤਰਫੋਂ ਉਹਨਾਂ ਦੇ ਵਿਊਅਰਸ ਨੂੰ, ਤੇ ਉਹ ਤੁਸੀਂ ਫ੍ਰੀ ਸ਼ਿਪਿੰਗ ਵੀ ਕਰੋਗੇ। ਫ੍ਰੀ ਸ਼ਿਪਿੰਗ ਤੇ ਆਲਰੇਡੀ ਡਨ ਹੈ। ਇਹ ਫ੍ਰੀ ਸ਼ਿਪਿੰਗ ਵਰਲਡ ਵਾਈਡ ਹੈ ਕਿ ਇਹ ਫ੍ਰੀ ਸ਼ਿਪਿੰਗ ਵਰਲਡ ਵਾਈਡ ਹੈ ਕਿ ਕਿਵੇਂ ਹੈ ਜੀ? ਓਨਲੀ ਯੂਨਾਈਟਿਡ ਸਟੇਟਸ, ਓਨਲੀ ਯੂਨਾਈਟਿਡ ਸਟੇਟਸ ਦੇ ਵਿੱਚ, ਕਿਉਂਕਿ ਸਾਡੇ ਦਰਸ਼ਕ ਕਈ ਕੈਨੇਡਾ ਵਿੱਚ ਵੀ ਨੇ, ਉਹ ਵੀ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ। ਕੈਨੇਡਾ ਵੀ ਕਰ ਸਕਦੇ ਆ, ਕੈਨੇਡਾ ਵੀ ਆਪਾਂ ਕਰ ਸਕਦੇ, ਕੈਨੇਡਾ ਵੀ ਕਰ ਸਕਦੇ ਆ। ਬਟ ਠੀਕ ਹੈ, ਇੱਕ ਗੱਲ ਦੀ ਗਰੰਟੀ ਹੋਰ ਚਾਹੀਦੀ ਹੈ, ਜੇਕਰ ਉਹਨਾਂ ਦੇ ਘਰ 'ਚ ਸਮਾਨ ਨਹੀਂ ਪਹੁੰਚਦਾ ਤੇ ਉਹਦੀ ਗਰੰਟੀ ਕੌਣ ਲਾਊਗਾ ਜੀ? ਤੁਹਾਨੂੰ ਦੈਟਸ ਵੈਰੀ ਗੁੱਡ ਥਿੰਗ, ਆਈ ਥਿੰਕ ਦੈਟਸ ਅ ਵੈਰੀ ਗੁੱਡ ਪੁਆਇੰਟ ਕਿ ਬਈ ਜਿਹੜੀ ਅਸ਼ੋਰਿਟੀ ਹੈ ਤੁਹਾਨੂੰ ਕਨਾਲ ਜਵੈਲਰਸ ਦੇ ਰਿਹਾ ਔਰ ਤੁਹਾਡੇ ਘਰ ਤੱਕ ਉਹੀ ਚੀਜ਼ ਪਹੁੰਚੇਗੀ ਜਿਹੜੀ ਤੁਸੀਂ ਪਸੰਦ ਕੀਤੀ ਹੈ, ਓਨਾ ਹੀ ਵੇਟ ਹੋਏਗਾ। ਔਰ ਜੋ ਤੁਸੀਂ ਪੇਮੈਂਟ ਕਰਨੀ ਹੈ, ਪੇਮੈਂਟ ਜਿਹੜੀ ਹੈਗੀ ਹੈ ਬਕਾਇਦਾ, ਤੁਸੀਂ ਔਨਲਾਈਨ ਕ੍ਰੈਡਿਟ ਕਾਰਡ ਜਾਂ ਫਿਰ ਤੁਸੀਂ ਔਨਲਾਈਨ ਟ੍ਰਾਂਜੈਕਸ਼ਨ ਜਿਹੜੀ ਹੈਗੀ ਹੈ ਇਹਨਾਂ ਦੇ ਗੇਟਵੇਜ਼ ਜਿਹੜੇ ਨੇ ਉਹਨਾਂ ਦੇ ਰਾਹੀਂ ਕਰ ਸਕਦੇ ਹੋ। ਉਹਦੇ ਲਈ ਤੁਹਾਨੂੰ 5163010771 'ਤੇ ਕੌਲ ਲਾਉਣੀ ਪੈਣੀ ਹੈ। ਕਰਨ ਭਾਅ ਜੀ ਕੁਛ ਕਹਿ ਰਹੇ ਸੀਗੇ? ਤੇ ਪੇਪਲ ਵੀ ਹੈ ਸਾਡੇ ਕੋਲ, ਚੈੱਕ ਵੀ ਭੇਜ ਸਕਦੇ ਹੋ, ਤੁਸੀਂ ਵਾਇਰ ਟ੍ਰਾਂਸਫਰ ਕਰ ਸਕਦੇ ਹੋ, ਵੀ ਹੈਵ ਲੋਟ ਆਫ ਪੇਮੈਂਟ ਆਪਸ਼ਨਸ, ਤੇ ਤੁਸੀਂ ਜਿਵੇਂ ਤੁਹਾਨੂੰ ਪੇਮੈਂਟ ਸੈਂਡ ਕਰਨੀ ਹੈ, ਵੀ ਹੈਵ ਲੋਟ ਆਫ ਆਪਸ਼ਨਸ, ਲਾਈਕ ਵੀ ਵਿਲ ਵਰਕ ਵਿਦ ਯੂ। ਬਿਲਕੁਲ, ਸੋ ਜਿਸ ਕਿਸੇ ਦੀ ਵੀ ਬਈ ਵਾਈਫ ਨਾਰਾਜ਼ ਹੈ ਜਾਂ ਫਿਰ ਹਸਬੈਂਡ ਨਾਰਾਜ਼ ਨੇ, ਵਾਈਫ ਆਪਣੇ ਹਸਬੈਂਡ ਨੂੰ ਕਰ ਸਕਦੇ ਨੇ, ਜਾਂ ਫਿਰ ਤੁਹਾਡੀ ਗਰਲਫ੍ਰੈਂਡ ਨਾਰਾਜ਼ ਹੈ ਜਾਂ ਫਿਰ ਤੁਹਾਡਾ ਬੋਏਫ੍ਰੈਂਡ ਨਾਰਾਜ਼ ਹੈ, ਤੁਸੀਂ ਉਹਨੂੰ ਕਰ ਸਕਦੇ ਹੋ। ਤੁਹਾਡਾ ਹੁਣੇ ਹੁਣੇ ਫਿਆਂਸੀ, ਮੈਂ ਕਹਾਂਗਾ ਤੁਹਾਡਾ ਰੋਕਾ ਹੋਇਆ, ਤੁਸੀਂ ਆਪਣੀ ਫਿਆਂਸੀ ਨੂੰ ਖੁਸ਼ ਕਰ ਸਕਦੇ ਹੋ, ਤਾਂ ਸ਼ੀ ਵਿਲ ਬੀ ਆਲਸੋ ਹੈਪੀ ਵੈਲੈਂਟਾਈਨ ਆ ਰਿਹਾ, ਧਿਆਨ 'ਚ ਰੱਖਿਓ, ਰਾਈਟ? ਜਾਂ ਫਿਰ ਜਿਨ੍ਹਾਂ ਨੇ ਫਾਦਰ ਸਾਹਿਬ ਨੇ ਹਜੇ ਤੱਕ ਆਪਣੇ ਸਾਡੀ ਮਦਰ ਨੂੰ ਗਿਫਟ ਨਹੀਂ ਕੀਤਾ, ਤਾਂ ਫਾਦਰ ਸਾਹਿਬ ਬਈ ਤੁਸੀਂ ਇੰਨੇ ਡਾਲਰ ਲੈ ਕੇ ਕਿੱਥੇ ਜਾਓਗੇ? ਸਾਡੀ ਮਦਰ ਨੂੰ ਖੁਸ਼ ਕਰੋ, ਰਾਈਟ? ਸਾਡੀ ਆਂਟੀ ਜੀ ਨੂੰ ਖੁਸ਼ ਕਰੋ ਘਰ ਦੇ ਵਿੱਚ ਬੈਠੇ ਹੋਏ, ਸਾਰੇ ਅੰਕਲ ਜੀ ਜਿਹੜੇ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ। ਅੰਕਲ ਜੀ, ਹੁਣ ਸਮਾਂ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇਣ ਦਾ ਸਾਡੀ ਆਂਟੀ ਜੀ ਨੂੰ, ਤੁਸੀਂ ਉਹਨਾਂ ਨੂੰ ਹੁਣੇ ਹੀ ਜਿਹੜਾ ਹੈਗਾ ਅਵਾਰਡ ਇਹ ਦਿਓ। ਉਹਨਾਂ ਦੇ ਲਈ ਇੱਕ ਵਧੀਆ ਜਿਹਾ ਨੈਕਲੈਸ ਬਣਵਾਓ, ਇੱਕ ਵਧੀਆ ਜਿਹਾ ਉਹਨਾਂ ਲਈ ਚੇਨ ਬਣਵਾਓ, ਜਾਂ ਫਿਰ ਡਾਇਮੰਡ ਦੀ ਕੋਈ ਰਿੰਗ ਬਣਵਾਉਣੀ ਹੈ ਉਹ ਬਣਵਾਓ। ਸਾਡੀ ਜਿਹੜੀਆਂ ਆਂਟੀਆਂ ਹੁਣ, ਉਹਨਾਂ ਨੇ ਬੜਾ ਸੈਕਰੀਫਾਈਜ਼ ਕੀਤਾ ਘਰ ਨੂੰ ਚਲਾਉਣ ਦੇ ਲਈ, ਸਾਨੂੰ ਪੜ੍ਹਾਉਣ ਦੇ ਲਈ ਸਾਨੂੰ ਜ਼ਿੰਮੇਵਾਰੀ ਦਿੱਤੀਆਂ, ਨਾਲੇ ਉਹ ਬਾਹਰ ਜਾ ਕੇ ਕੰਮ ਵੀ ਕਰਦੀਆਂ ਹਨ, ਫਿਰ ਘਰ ਵੀ ਸਾਂਭਦੀਆਂ ਹਨ, ਤਾਂ ਉਹਨਾਂ ਦਾ ਹੱਕ ਬਣਦਾ ਉਹਨਾਂ ਨੂੰ ਗਿਫਟ ਕਰਨਾ। ਦਿਸ ਇਜ਼ ਅ ਰਾਈਟ ਟਾਈਮ।
ਔਰ ਜਿਹੜੇ ਆਂਟੀ ਆਪਣੇ ਅੰਕਲ ਜੀ ਮੈਂ ਤੁਹਾਡੀ ਵੀ ਗੱਲ ਕਰ ਰਿਹਾ ਅੰਕਲ ਜੀ ਨੇ ਕਿਤੇ ਕਹਿ ਲਿਆ ਕਿ ਸਾਡੀ ਤਾਂ ਗੱਲ ਕਰਦਾ ਨਹੀਂ ਆਂਟੀਆਂ ਦੀ ਗੱਲ ਕਰਦਾ ਸਹੀ ਗੱਲ ਤੇ ਅੰਕਲ ਜੀ ਤੁਸੀਂ ਤੁਹਾਡੀ ਵੀ ਗੱਲ ਕਰ ਰਿਹਾ ਅਸੀਂ ਤੇ ਆਂਟੀ ਜੀ ਨੂੰ ਵੀ ਅਸੀਂ ਰਿਕੁਐਸਟ ਕਰਦੇ ਕਿ ਤੁਹਾਨੂੰ ਵੀ ਸਪੈਸ਼ਲ ਜਿਹੜਾ ਕੜਾ ਬਣਵਾ ਕੇ ਦੇ ਸਕਦੇ ਨੇ ਲੇਕਿਨ ਤੁਹਾਨੂੰ ਚੇਨ ਵੀ ਬਣਾ ਕੇ ਦੇ ਸਕਦੇ ਨੇ ਤੇ ਤੁਸੀਂ ਇੱਕ ਦੂਜੇ ਨੂੰ ਗਿਫਟ ਕਰਕੇ ਕਹਿਣ ਦਾ ਭਾਵ ਮੇਰਾ ਇਹੀ ਹੈਗਾ ਕਿ ਇੱਕ ਦੂਜੇ ਨੂੰ ਗਿਫਟ ਦੇ ਕੇ ਤੁਸੀਂ ਰਿਲੇਸ਼ਨਸ਼ਿਪ ਨੂੰ ਹੋਰ ਸਟਰੋਂਗ ਰੱਖ ਸਕਦੇ ਹੋ ਤੁਸੀਂ ਜਿਹੜਾ ਉਹ ਲਵ ਦੀ ਗੱਲ ਹੁੰਦੀ ਹੈ ਉਹ ਆਪਣਾ ਹੋਰ ਅੱਗੇ ਲੈ ਕੇ ਜਾ ਸਕਦੇ ਹੋ ਤੁਹਾਨੂੰ ਉਹਦੇ ਲਈ ਜਿਹੜਾ ਟੀ ਵੀ ਸਕਰੀਨ 'ਤੇ ਨੰਬਰ ਚੱਲ ਰਿਹਾ 5163010771 ਇਹ ਸਿਰਫ ਵਟਸਐਪ ਜਿਹੜਾ ਹੈਗਾ ਉੱਥੇ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਇਹਨਾਂ ਦੇ ਸਟੋਰ 'ਤੇ ਕਾਲ ਕਰ ਸਕਦੇ ਹੋ 7184787200 ਜਾਂ ਫਿਰ ਇਹਨਾਂ ਦੀ ਵੈਬਸਾਈਟ ਲੌਗਇਨ ਕਰ ਸਕਦੇ ਹੋ www.kunaljewels.com ਭਾਅ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਤੇ ਆਓ ਸਟੋਰ ਤੇ ਵੈਲੈਂਟਾਈਨ ਨੂੰ ਖੁਸ਼ ਕਰੋ ਆਪਣੇ ਬਿਲਕੁਲ 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 ਸੋ ਆਪਣੀ ਵੈਲੈਂਟਾਈਨ ਨੂੰ ਖੁਸ਼ ਕਰੋ ਜੀ ਨੈਕਸਟ ਵੀਕ ਮਿਲਾਂਗੇ ਹਰ ਮੰਡੇ ਨੂੰ ਸ਼ਾਮ ਨੂੰ ਇਸੇ ਟਾਈਮ ਜਿਹੜਾ ਪ੍ਰੋਗਰਾਮ ਹੈ ਹਰ ਵੀਕ ਆਇਆ ਕਰੇਗਾ ਔਰ ਹਰ ਵੀਕ ਤੁਹਾਨੂੰ ਲੇਟੈਸਟ ਡਿਜ਼ਾਈਨਸ ਕਸਟਮਾਈਜ਼ ਜਿਹੜੀ ਇਹਨਾਂ ਦੀ ਜੁਐਲਰੀ ਹੈ ਉਹ ਦਿਖਾਇਆ ਕਰਾਂਗੇ ਔਰ ਜੇਕਰ ਤੁਸੀਂ ਹਜੇ ਤੱਕ ਆਪਣੀ ਸ਼ੋਪਿੰਗ ਨਹੀਂ ਕੀਤੀ ਘਰ ਦੇ ਵਿੱਚ ਵੈਡਿੰਗ ਆ ਰਹੀ ਹੈ ਤਾਂ ਇਹੀ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ ਕਰਨ ਵਰਮਾ ਵੱਲੋਂ ਕਿ ਆਓ ਸਾਡੇ ਕੋਲ ਤੁਹਾਨੂੰ ਸਪੈਸ਼ਲ ਡਿਜ਼ਾਈਨਸ ਵੀ ਦੇਵਾਂਗੇ ਜੇਕਰ ਤੁਸੀਂ ਨਹੀਂ ਆ ਸਕਦੇ ਤੁਹਾਨੂੰ ਫ੍ਰੀ ਸ਼ਿਪਿੰਗ ਵੀ ਕਰਾਂਗੇ ਸਿਰਫ ਕਾਲ ਕਰਕੇ ਅਪੁਆਇੰਟਮੈਂਟ ਆਪਣੀ ਹੁਣੇ ਹੀ ਬੁੱਕ ਕਰ ਲਓ ਜੇਕਰ ਤੁਸੀਂ ਹੁਣੇ ਹੀ ਬੁੱਕ ਕਰਦੇ ਹੋ ਤਾਂ ਤੁਹਾਨੂੰ ਇੱਕ ਸਪੈਸ਼ਲ ਡਿਸਕਾਊਂਟ ਜਿਹੜਾ ਉਹ ਵੀ ਦਿੱਤਾ ਜਾਏਗਾ ਉਹਨਾਂ ਸਾਰੀ ਡਿਸਕਾਊਂਟਸ ਨੂੰ ਅਵੇਲ ਕਰਨ ਦੇ ਲਈ ਇਹਨਾਂ ਨੂੰ ਕਾਲ ਲਾ ਦਿਓ ਅਤੇ ਕਰਨ ਭਾਅ ਜੀ ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਅਸ ਥੈਂਕ ਯੂ ਭਾਅ ਜੀ ਨੈਕਸਟ ਵੀਕ ਮਿਲਾਂਗੇ ਵਿਦ ਯੋਰ ਲੇਟੈਸਟ ਡਿਜ਼ਾਈਨਸ ਐਂਡ ਦੱਸਾਂਗੇ ਤੁਹਾਨੂੰ ਕਿ ਹਾਓ ਟੂ ਬਾਏ ਗੋਲਡ ਐਂਡ ਵੀ ਵਿਲ ਆਸਕ ਕਰਨ ਕਿਉਂਕਿ ਸਾਡੇ ਸ਼ੋਅ ਦਾ ਨਾਮ ਹੀ ਹੈ ਬਾਏ ਗੋਲਡ ਨਾਓ ਆਸਕ ਕਰਨ ਹਾਓ ਧੰਨਵਾਦ ਸਤਿ ਸ਼੍ਰੀ ਅਕਾਲ